ਈਵਨ ਪੰਜਾਬੀ ਨਿਡਰ ਨਿਰਪੱਖ ਤੇ ਨਵੀਂ ਸੋਚ। ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਕਰੰਟ ਇਸ਼ੂ ਲਈ ਚੱਲਦੇ ਹਾਂ ਜੰਡਿਆਲਾ ਗੁਰੂ। ਦੋਸਤੋ, ਜੇ ਮੈਂ ਗੱਲ ਕਰਾਂ ਸਮਗਲਰ ਜਾਂ ਹੁਣ ਜਾਂ ਬਦਮਾਸ਼ ਹੁਣ, ਉਹਨਾਂ ਦਾ ਖੌਫ ਕਿਤੇ ਨਾ ਕਿਤੇ ਪੁਲਿਸ ਦਾ ਜਿਹੜਾ ਖੌਫ ਹੁੰਦਾ ਉਹ ਉਹਨਾਂ ਦੇ ਦਿਲਾਂ ਤੋਂ ਖਤਮ ਹੋ ਗਿਆ। ਲੇਕਿਨ ਪੁਲਿਸ ਜਦੋਂ ਆਪਣੀ ਆਈ ਤੇ ਆਉਂਦੀ ਆ ਤਾਂ ਉਸ ਵੇਲਾ ਕੁਛ ਨਹੀਂ ਵੇਖਦੀ, ਉਹਨਾਂ ਨੂੰ ਸਿਰਫ ਤਾਂ ਸਿਰਫ ਡਿਊਟੀ ਤੋਂ ਵੱਧ ਹੋਰ ਕੋਈ ਵੀ ਚੀਜ਼ ਪਿਆਰੀ ਨਹੀਂ ਹੁੰਦੀ। ਲੇਕਿਨ ਬਦਮਾਸ਼ਾਂ ਦਾ ਕੰਮ ਹੈ ਕਾਨੂੰਨ ਨੂੰ ਤੋੜਨਾ, ਔਰ ਪੁਲਿਸ ਦਾ ਕੰਮ ਹੈ ਜਿਨ੍ਹਾਂ ਨੇ ਉਸ ਕਾਨੂੰਨ ਨੂੰ ਤੋੜਿਆ ਉਹਨਾਂ ਨੂੰ ਪਕੜਨ ਤੋਂ ਬਾਅਦ ਉਹਨਾਂ ਨੂੰ ਸਜ਼ਾ ਦੇਣੀ ਆ। ਜੰਡਿਆਲਾ ਗੁਰੂ ਦੇ ਵਿੱਚ ਵੀ ਸਮਗਲਰਾਂ ਅਤੇ ਪੁਲਿਸ ਦੇ ਵਿਚਕਾਰ ਜੰਮ ਕੇ ਹੋਈ ਗੋਲਾਬਾਰੀ। ਔਰ ਇੱਥੇ ਮੈਂ ਇਹ ਵੀ ਕਹਿਣਾ ਚਾਹੁੰਦਾ ਦੋਸਤੋ ਕਿ ਪੁਲਿਸ ਦੇ ਕੁਝ ਲੋਕਾਂ ਵੱਲੋਂ ਸਹਿਯੋਗ ਮਿਲਣ ਤੋਂ ਬਾਅਦ ਉਹਨਾਂ ਸਮਗਲਰਾਂ ਨੂੰ ਉਹਨਾਂ ਨੇ ਪਕੜ ਲਿਆ। ਪੂਰੀ ਖਬਰ ਵਾਸਤੇ ਸਾਡੇ ਨਾਲ ਰਾਜੇਸ਼ ਪਾਠਕ ਜੀ ਜੁੜ ਚੁੱਕੇ ਨੇ ਜੰਡਿਆਲਾ ਗੁਰੂ ਤੋਂ, ਉਹਨਾਂ ਤੋਂ ਲੈਂਦੇ ਹਾਂ ਅਪਡੇਟ। ਰਾਜੇਸ਼ ਜੀ, ਇਸ ਖਬਰ ਨੂੰ ਲੈ ਕੇ ਕੀ ਅਪਡੇਟ ਹੈ? ਜੀ ਸੋਤਾ ਜੀ, ਇਹ ਖਬਰ ਕੱਲ ਦੀ ਹੈ ਜੀ। ਕੱਲ ਜਦੋਂ ਆਪਣੇ ਡੀ ਐਸ ਪੀ ਸਾਹਿਬ ਗੁਰਮੀਤ ਸਿੰਘ ਚੀਮਾ ਜੀ ਦੀ ਰਹਿਨੁਮਾਈ ਸਪੈਸ਼ਲ ਤਹਿਕੀਕਾਤ ਦੇ ਅਨੁਸਾਰ ਚੌਂਕੀ ਇੰਚਾਰਜ ਸਿੰਦਰਪਾਲ ਸਿੰਘ ਜੀ ਦੀ ਅਗਵਾਈ ਵਿੱਚ ਬਾਲਦੀਪ ਚੌਂਕ ਨਾਕਾ ਲਗਾਇਆ ਸੀ ਪੁਲਿਸ ਨੇ, ਔਰ ਹਰ ਕਵਾਨਲ ਚੈਕਿੰਗ ਕਰ ਰਹੀ ਸੀ ਬੜੇ ਹੀ ਗਹਿਣਤਾ ਦੇ ਨਾਲ। ਉਸ ਸਮੇਂ ਇੱਕ ਮੇਨ ਟਾਈਮ ਇੱਕ ਗੱਡੀ ਅਲਟੋ ਜਿਹੜੀ ਕਿ ਤਰਨ ਤਰਨ ਨੰਬਰ ਦੀ ਸੀ ਆ ਰਹੀ ਸੀ, ਉਹਨਾਂ ਨੇ ਰੁਕਣ ਦਾ ਇਸ਼ਾਰਾ ਕੀਤਾ ਔਰ ਉਹ ਗੱਡੀ ਉਹਨਾਂ ਨੇ ਰੋਕੀ ਨਹੀਂ, ਬਲਕਿ ਖੱਬੇ ਹੱਥ ਨੂੰ ਮੋੜਦੇ ਹੋਏ ਰਸ਼ੀ ਦਰਵਾਜ਼ਿਆਂ ਨੂੰ ਪਾ ਲਈ। ਇਸ ਤੋਂ ਬਾਅਦ ਉਹ ਅਗਲੇ ਪਾਸੇ ਦਰਵਾਜ਼ਾ ਤੋਂ ਬਾਅਦ ਗਲੀ ਵੱਲ ਨੂੰ ਮੋੜਨ ਤੋਂ ਬਾਅਦ ਗਲੀ ਬੰਦ ਸੀਗੀ, ਇਸ ਕਾਰਨ ਲੋਕਾਂ ਨੇ ਜ਼ੋਰ ਪਾਉਣ ਨਾਲ ਔਰ ਸ਼ੋਰ ਪਾਉਣ ਦੇ ਨਾਲ ਔਰ ਮਗਰ ਪੁਲਿਸ ਵੀ ਉਹਨਾਂ ਨੇ ਮਗਰ ਬੈਕਅਪ ਦਿੱਤਾ ਸਿੰਦਰਪਾਲ ਸਿੰਘ ਜੀ ਦੇ ਆਪਣੀ ਪੁਲਿਸ ਫੋਰਸ ਨਾਲ, ਮਗਰ ਉਹਨਾਂ ਦੇ ਪਿੱਛੇ ਕਾਰਵਾਈ ਸ਼ੁਰੂ ਕੀਤੀ ਔਰ ਗੋਲਾਬਾਰੀ ਵੀ ਉਸ ਤੋਂ ਬਾਅਦ ਟੇਬਲ ਚੱਲੀ ਹੈ ਛਿਟਪੁਟ ਦੀ। ਦੋਵਾਂ ਨੇ ਆਪਣੇ ਆਪਸੀ ਵਿੱਚੋਂ ਮੁਠਭੇੜ ਹੋਈ, ਉਸ ਤੋਂ ਬਾਅਦ ਤਿੰਨੇ ਜਿਹੜੇ ਆਫੀਸ ਉਹ ਫੜੇ ਗਏ ਮੌਕੇ ਤੇ। ਅੱਛਾ, ਮਤਲਬ ਜਿਹੜੀ ਗੋਲੀ ਚੱਲੀ ਹੈ ਉਹਦੇ ਵਿੱਚ ਕਿਸੇ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ? ਜੀ ਨਹੀਂ, ਨੁਕਸਾਨ ਨਹੀਂ ਕੋਈ ਹੋਇਆ, ਲੇਕਿਨ ਪੁਲਿਸ ਨੇ ਬੜੀ ਮੁਸ਼ਤੈਦੀ ਦੇ ਨਾਲ ਇਹ ਸਾਰਾ ਘਟਨਾਕ੍ਰਮ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅੰਜਾਮ ਦਿੱਤਾ ਔਰ ਇਹ ਦਾਅ ਦੇਣੀ ਪਏਗੀ ਖਾਸ ਤੌਰ ਤੇ ਡੀ ਐਸ ਪੀ ਸਾਹਿਬ ਚੀਮਾ ਸਾਹਿਬ ਦੀ ਔਰ ਸਤਿੰਦਰਪਾਲ ਸਿੰਘ ਜੀ ਔਰ ਐਸ ਐਚ ਓ ਆਰ ਡੀ ਐਸ ਜੀ, ਜਿਨ੍ਹਾਂ ਨੇ ਕਿ ਪਿਛਲੇ 10-12 ਦਿਨ ਤੋਂ ਲਗਾਤਾਰ ਜੋ ਘਟਨਾਵਾਂ ਚੱਲ ਰਹੀਆਂ ਸੀ ਉਸ ਨੂੰ ਨਿਕੇੜੇ ਪਾਉਣ ਲਈ ਸਪੈਸ਼ਲ ਨਾਕਾਬੰਦੀ ਕਰਨ ਦੀ ਤਿਆਰੀ ਕੀਤੀ ਹੋਈ ਹੈ। ਕਾਫੀ ਦੇਰ ਤੋਂ ਇਹਦਾ ਰਿਜ਼ਲਟ ਹੀ ਮਿਲ ਰਿਹਾ ਹੈ, ਕਾਫੀ ਚਲਾਨ ਵੀ ਕੀਤੇ ਜਾ ਰਹੇ, ਲੇਕਿਨ ਜਿਹੜੀ ਇਹ ਘਟਨਾ ਸੀ ਇਹਦਾ ਮੁੱਖ ਕਾਰਨ ਸੀ ਫੜਨ ਦਾ ਕਿ ਉਹਨਾਂ ਨੇ ਉਸ ਸਮੇਂ ਨਾਕਾਬੰਦੀ ਹੋਣ ਦੇ ਕਾਰਨ ਹੀ ਜਿਹੜੀ ਗੱਡੀ ਆਉਣ ਪਹੁੰਚ ਸਕੀ। ਔਰ ਦੋਸਤੋ, ਮੈਂ ਦੱਸਣਾ ਚਾਹੁੰਦਾ ਕਿ ਈਵਨ ਪੰਜਾਬੀ ਚੈਨਲ ਨੇ ਸੰਪਰਕ ਕੀਤਾ ਜੀ ਡੀ ਐਸ ਪੀ ਚੀਮਾ ਸਾਹਿਬ ਦੇ ਨਾਲ, ਉਹ ਵੀ ਫੋਨ ਲੈਣ 'ਤੇ, ਔਰ ਕੱਲ੍ਹ ਮੁਬਾਰਕਬਾਦ ਦੇ ਪਾਤਰ ਹੋ ਕਿ ਇੰਨੀ ਮੁਸ਼ੱਕਤ ਕਰਨ ਤੋਂ ਬਾਅਦ ਉਹਨਾਂ ਨੂੰ ਪਕੜ ਲਿਆ। ਔਰ ਤੁਸੀਂ ਮਤਲਬ ਇਹ ਗੁਪਤ ਸੂਚਨਾ ਦੇ ਆਧਾਰ 'ਤੇ ਸਾਰਾ ਕੁਛ ਹੋਇਆ ਜਾਂ ਰੁਟੀਨ ਦੀ ਚੈੱਕਅਪ ਸੀ ਤੁਹਾਡੀ? ਨਹੀਂ ਜੀ, ਬਿਲਕੁਲ, ਅਸੀਂ ਨਾ ਸਾਡੇ ਥਾਣੇਦਾਰ ਸਾਹਿਬ ਨੇ ਸਤਿੰਦਰਪਾਲ ਨੇ ਨਾਕਾ ਲਾਇਆ ਸੀ ਬਾਲਮੀਕ ਗਾਉਂ ਦੇ ਵਿੱਚ ਜੀ ਸਰ, ਔਰ ਜਦੋਂ ਇਹ ਅਲਟੋ ਗੱਡੀ ਆਪਣੇ 50-30 ਨੰਬਰ ਆਈ ਤੇ ਇਹਨਾਂ ਰੋਕੀ ਤੇ ਇਹਨਾਂ ਨੇ ਰੋਕਣ ਦਾ ਇਸ਼ਾਰਾ ਦਿੱਤਾ, ਇਹਨਾਂ ਰੋਕੀ ਨੀ ਗੱਡੀ ਜੀ, ਇਹਨਾਂ ਨੇ ਭਜਾ ਕੇ ਗੱਡੀ ਉੱਥੋਂ ਜੀ ਅੰਦਰ ਵਾੜ ਕੇ ਲੈ ਗਏ ਤੇ ਅੰਦਰ ਜਾ ਕੇ ਇਹਨਾਂ ਨੇ ਕਾਫੀ ਨੁਕਸਾਨ ਕੀਤਾ ਜੀ ਲੋਕਾਂ ਦੇ ਵਹੀਕਲਾਂ ਦਾ, ਬੰਦਿਆਂ ਦੇ ਉੱਤੇ ਵੀ ਗੱਡੀਆਂ ਚੜਾਈਆਂ ਨੇ ਜੀ, ਫਿਰ ਇਹਨਾਂ ਨੇ ਹਵਾਈ ਫਾਇਰ ਵੀ ਕੀਤਾ ਜੀ ਅੱਗੋਂ ਜੀ। ਮੁੜ ਕੇ ਉਸ ਤੋਂ ਬਾਅਦ ਜੀ ਫਿਰ ਸਾਡੇ ਮੁਲਾਜ਼ਮਾਂ ਨੇ ਜਾ ਕੇ ਇਹਨਾਂ ਨੂੰ ਇੱਥੇ ਭੀੜੀ ਗਲੀ ਦੇ ਵਿੱਚ ਜਾ ਕੇ ਇਹਨਾਂ ਨੂੰ ਫੜ ਲਿਆ ਜੀ ਤੇ ਇਹਨਾਂ ਨੂੰ ਰਾਊਂਡ ਅਪ ਕਰ ਲਿਆ। ਚੀਮਾ ਸਾਹਿਬ, ਇਹਨਾਂ ਦੇ ਕੋਲੋਂ ਕੀ ਕੀ ਬਰਾਮਦ ਕੀਤਾ ਪੁਲਿਸ ਨੇ? ਇਹਨਾਂ ਕੋਲੋਂ ਜੀ ਇੱਕ ਰਿਵਾਲਵਰ ਹੈ, ਬਾਕੀ ਇਹਨਾਂ ਕੋਲ 10 ਗ੍ਰਾਮ ਹੀਰੋਨ ਫੜੀ ਹੈ ਜੀ, ਔਰ 3 ਮੁਰਜਮ ਨੇ ਜਿਹਨਾਂ ਵਿੱਚੋਂ ਇੱਕ ਨਾਗੂਗੇ ਦਾ, 2 ਹੈਗੇ ਨੇ ਸ਼ਿਵਪੁਰ ਮੰਨੇ ਦੇ ਜੀ। ਔਰ ਮੈਂ ਇੱਕ ਗੱਲ ਹੋਰ ਪੁੱਛਣੀ ਚਾਹੁੰਦਾ ਕਿ ਮਤਲਬ ਇਹ ਤੁਹਾਡੀ ਰੁਟੀਨ ਦੀ ਚੈੱਕਅਪ ਸੀ ਸਾਰੀ? ਬਿਲਕੁਲ ਜੀ, ਰੁਟੀਨ ਦੀ ਚੈੱਕਅਪ ਸੀ, ਰੋਜ਼ ਡੇਲੀ ਅਸੀਂ ਨਾਕੇ ਲਾਉਂਦੇ ਹਾਂ ਜੀ, ਡੇਲੀ 10-3 ਰਾਤ ਨੂੰ ਵੀ, 3-11 ਜੀ ਇੱਦਾਂ ਡੇਲੀ ਚੈੱਕਿੰਗ, ਰੁਟੀਨ ਦੀ ਚੈੱਕਿੰਗ ਹੈ ਸਰ। ਔਰ ਕਹਿੰਦੇ ਪਬਲਿਕ ਨੇ ਬਹੁਤ ਸਾਥ ਦਿੱਤਾ ਤੁਹਾਡਾ? ਬਿਲਕੁਲ ਜੀ, ਬਿਲਕੁਲ, ਪਬਲਿਕ ਨੇ ਬਹੁਤ ਸਾਥ ਦਿੱਤਾ ਜੀ, ਔਰ ਪਬਲਿਕ ਨੇ ਨਾਲ ਹੋ ਕੇ ਜਿਹੜਾ ਜੀ, ਕਿਉਂਕਿ ਪਬਲਿਕ ਨੇ ਤਾਂ ਸਾਥ ਦਿੱਤਾ ਕਿ ਇਹ ਜੇ ਨਾ ਹੁੰਦਾ ਇਹਦਾ ਬੱਚਿਆਂ ਦਾ ਨੁਕਸਾਨ ਬਹੁਤ ਹੋਣਾ ਸੀ ਜੀ। ਬਿਲਕੁਲ ਬਿਲਕੁਲ ਬਿਲਕੁਲ। ਸੋ ਡੀ ਐਸ ਪੀ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਤੁਸੀਂ ਈਵਨ ਪੰਜਾਬੀ ਚੈਨਲ ਨਾਲ ਗੱਲਬਾਤ ਕੀਤੀ। ਔਰ ਦੋਸਤੋ, ਮੈਂ ਫਿਰ ਦੱਸਣਾ ਚਾਹੁੰਦਾ ਕਿ ਗੁਰਮੀਤ ਸਿੰਘ ਡੀ ਐਸ ਪੀ ਸਾਹਿਬ ਸਨ ਜਿਹੜੇ ਈਵਨ ਪੰਜਾਬੀ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸਨ, ਉਹਨਾਂ ਨੇ ਦੱਸਿਆ ਕਿ ਪਬਲਿਕ ਨੇ ਵੀ ਸਾਥ ਦਿੱਤਾ ਔਰ ਸਾਡੇ ਮੁਲਾਜ਼ਮਾਂ ਨੇ ਵੀ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ, ਹਾਲਾਂਕਿ ਉਹਨਾਂ ਨੇ ਹਵਾਈ ਫਾਇਰ ਵੀ ਕੀਤਾ, ਲੇਕਿਨ ਉਹਨਾਂ ਦਾ ਹਵਾਈ ਫਾਇਰ ਸਿਰਫ ਹਵਾ ਵਿੱਚ ਹੀ ਰਹਿ ਗਿਆ ਔਰ ਪੁਲਿਸ ਨੇ ਆਪਣੇ ਆਫੀਸਰਾਂ ਨਾਲ ਲੈ ਕੇ ਉਹਨਾਂ ਨੂੰ ਦਬੋਚ ਲਿਆ। ਹੁਣ ਉਹਨਾਂ ਕੋਲ ਪੁੱਛ ਪੜਤਾਲ ਹੋਏਗੀ ਕਿ ਇਸ ਕਿੱਤੇ ਦੇ ਨਾਲ ਕਿੰਨੀ ਦੇਰ ਤੋਂ ਜੁੜੇ ਸਨ ਔਰ ਜੇਕਰ ਤੁਸੀਂ ਜੁੜੇ ਸਨ, ਇਹ ਕਿੱਤਾ, ਇਹ ਜਿਹੜੀ ਹੈਰੋਇਨ ਹੈ, ਤੁਹਾਨੂੰ ਕੌਣ ਕੌਣ ਸਪਲਾਈ ਕਰਦਾ ਸੀ? ਡੀ ਐਸ ਪੀ ਸਾਹਿਬ, ਬਹੁਤ ਬਹੁਤ ਮਿਹਰਬਾਨੀ। ਸੋ ਦੋਸਤੋ, ਇਹ ਸੀ ਹੁਣ ਤੱਕ ਦੀ ਅਪਡੇਟ, ਬਾਕੀ ਅਪਡੇਟ ਜਿਵੇਂ ਆਉਣਗੀਆਂ ਅਸੀਂ ਲੈ ਕੇ ਰੂਬਰੂ ਹੁੰਦੇ ਰਹਾਂਗੇ। ਤੁਸੀਂ ਜੁੜੇ ਰਹੋ ਈਵਨ ਪੰਜਾਬੀ ਟੀਵੀ ਦੇ ਨਾਲ।